ਕੀ ਗੱਲ ਹੋਈ ਆ ਜੀ? ਗੱਲ ਪੈਲੀ ਵਟਾਈ ਆ, 40 ਸਾਲ ਹੋ ਗਏ ਵਟਾਉਂਦਿਆਂ ਨੂੰ ਜੀ। ਇਹ ਕਿਹੜਾ ਗਮਾਨਪੁਰੇ ਦਾ ਮੈਂ ਪੀਸੇ ਗਿਆ ਜੀ। ਇਹਨਾਂ ਬੰਦੇ ਲਿਆਂਦੇ 30-40 ਬੰਦੇ, 4 ਗੱਡੀਆਂ, 5-6 ਹਥਿਆਰ, ਉਹਨਾਂ 200-315 ਦਨਾਲੀਆਂ ਪਿਸਤੌਲ ਆ। ਅਸੀਂ ਡੱਕਦੇ ਰਹੇ, ਮੈਂ ਗੋਲੀਆਂ ਸਿੱਧੀਆਂ ਮਾਰੀ ਗਿਆ। ਅਸੀਂ ਆਪ ਗੱਡੀ ਦੇ ਓਹਲੇ ਹੋ ਗਏ ਬਜੇ ਦੇ। ਕਿੰਨੀਆਂ ਗੋਲੀਆਂ ਚਲਾਈਆਂ ਹੋਣ? ਗੋਲੀਆਂ ਤਾਂ 50-60 ਫੈਲ ਹੋਏ ਗਏ। ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਆਉਂਦੇ ਰਹੇ। ਕੋਈ ਪੈਲੀ 'ਤੇ ਝਗੜਾ ਸੀ? ਪੈਲੀ ਵਟਾਂਦਰਾ, ਅਸੀਂ ਝਗੜਾ ਵੀ ਕੋਈ ਨਹੀਂ। ਅਤੇ ਕਿੰਨੇ ਜਾਣੇ ਦੀ ਡੈਥ ਹੋ ਗਈ? ਦੋਵਾਂ ਜਾਣਿਆਂ ਦੀ ਡੈਥ। ਜ਼ਖਮੀ ਕਿੰਨੇ? 3 ਜ਼ਖਮੀ। 3 ਨਹੀਂ, 5 ਜ਼ਖਮੀ ਆ। ਪੁਲਿਸ ਮੌਕੇ ਪਹੁੰਚੀ, ਉੱਥੇ ਜ਼ਖਮੀ ਕਿੰਨੇ ਨੇ? 5। 5 ਜ਼ਖਮੀ ਨੇ? ਇੱਕ ਅਜੇ ਪਿੰਡ ਆ, 3 ਇੱਥੇ ਆ। ਅੱਛਾ, 5 ਜਣੇ ਨੇ ਜ਼ਖਮੀ ਹੋਏ? ਹਾਂ, 2 ਹੀ ਇੱਥੇ ਸਨ, 4 ਇੱਥੇ ਆ ਅਤੇ 1 ਉੱਥੇ ਅਜੇ। ਕੀ ਮੰਗ ਕੀ ਕਰਦੇ ਨੂੰ ਪੁਲਿਸ ਨੂੰ? ਮੰਗ ਆਈਆਂ ਨੇ ਵੀ ਪਰਚੇ ਹੋਣੇ ਚਾਹੀਦੇ ਨੇ, ਹਥਿਆਰ ਹੀ ਉਹਨਾਂ ਸਾਰੇ ਨਜਾਇਜ਼ ਹਥਿਆਰ ਆ। ਕੌਣ ਸੀ ਉਹ? ਮਜਬੀ, ਸਾਰੇ ਮਜਬੀ। ਨਹੀਂ ਨਹੀਂ, ਪਿੰਡ ਦੇ ਹੀ ਨੇ? ਨਹੀਂ, ਗਮਾਨਪੁਰੇ ਦੇ ਆ। ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਬੰਦੇ? ਝਗੜਾ ਸੀ ਕੋਈ? ਇਸ ਤਰ੍ਹਾਂ ਦੀ ਗੱਲ ਨਹੀਂ ਵੀ ਗੋਲੀ ਕੋ ਚਲਾ ਤੀ? ਗੋਲੀ ਅਸੀਂ ਤਾਂ ਡੱਕਣ ਦੇ ਆ, ਤੂੰ ਮੈਂ ਦੁੱਧੀ ਆ, ਉਹਨੇ ਜਦੋਂ ਗੋਲੀ ਚਲਾ ਤੀ ਸਾਡੇ ਢੋਂਗੇ ਢੋਂਗੇ ਰੱਜੇ ਸ਼ਰਾਬ ਨਾ ਅਸੀਂ ਸ਼ਰਾਬ ਪੀਤੀ। ਸਿੰਘ ਜੀ ਕਿਹੜਾ ਪਿੰਡ ਹੈ? ਪਿੰਡ ਕਾਕੜ ਤਰੀਨ ਜੀ। ਕੀ ਗੱਲ ਹੋਈ ਹੈ? ਗੱਲ ਇਹ ਵੀ ਉਹਨਾਂ ਦਾ 40-45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਆਇਆ ਸੀਗਾ, ਅਤੇ ਜਿਨ੍ਹਾਂ ਨਾਲ ਵਟਾਂਦਰਾ ਸੀ ਇਹ ਜੱਟ ਹੀ, ਉਹ ਮਜ਼ਬੀ ਸਿੱਖ ਸੀਗੇ। ਅਤੇ ਉਹ ਜਦੋਂ ਵਟਾਂਦਰਾ ਹੋਇਆ ਜੀ, ਉਹਨਾਂ ਆਣ ਕੇ ਪਹਿਲੀ ਵਾਰ ਇਹਨਾਂ ਗੱਲਬਾਤ ਕਰਨ ਗਏ ਆ। ਉਹਨਾਂ ਦੇ ਕੋਲ 2 ਨੰਬਰ ਦੇ ਹਥਿਆਰ ਹੀ, ਪਿਸਟਲ ਵਗੈਰਾ ਸੀਗਾ, ਅਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਅਤੇ ਪਿਸਟਲ ਦੀਆਂ ਗੋਲੀਆਂ ਲਾ ਪਏ ਮਾਰਨ। ਇੱਕ ਵਾਰੀ ਤਾਂ ਉਹ ਭੱਜ ਗਏ ਆ, ਇੱਕ ਵਾਰੀ ਭੱਜ ਗਏ ਅਤੇ ਇੱਕ ਗੱਡੀ ਇਹਨਾਂ ਦੇ ਮਨ 'ਚ ਆਪਦੀ ਇਹ ਖਲੋ ਗਏ ਆ। ਜਦੋਂ ਇਹਨਾਂ ਕੋਲ ਸੋਟਾ ਸੀ, ਕੋਈ ਬਸ ਸੋਟਾ ਸੀ ਕਹਿ ਸਕਦੇ ਹਾਂ, ਸਿੰਪਲ, ਕੋਈ ਇਹ ਲੜਨ ਤਾਂ ਗਏ ਨਹੀਂ। ਕੁਦਰਤੀ ਇਹਨਾਂ ਕਿਤੇ ਹੁੰਦੀ ਆ, ਡੰਗ ਡੁੰਗ ਬੰਬੀ 'ਤੇ ਪਈ ਹੁੰਦੀ ਸੱਪ ਸੁੱਪ ਕਰਕੇ, ਇਹਨਾਂ ਜਦੋਂ ਡੰਗ ਲੈ ਭੱਜੇ, ਉਹ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ। ਇੱਕ ਗੱਡੀ ਉਤਰੀ, ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੇ, ਇਹਨਾਂ ਨੂੰ ਪਤਾ ਨਹੀਂ ਸੀ। ਕੋਈ 2-4 ਕਿੱਲੇ ਤਾਂ, 1-1.5 ਕਿੱਲੇ ਤੋਂ ਮੁੜ ਕੇ ਫਾਇਰਿੰਗ ਉਹਨਾਂ ਕੀਤੀ ਆ, ਅਤੇ 3 ਬੰਦੇ ਫਟਰ ਕਰਤੇ, 2 ਮੌਕੇ 'ਤੇ ਮੌਤ ਹੋ ਗਈ। ਗੋਲੀਆਂ ਦਾ ਜੀ ਕੋਈ ਅੰਤ ਨਹੀਂ, ਕਿੰਨੇ ਵੀ ਚੱਲੇ। ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20-25 ਜਣੇ। ਹਾਂਜੀ, ਪਲੈਨਿੰਗ ਦੇ ਨਾਲ ਆਏ। ਇਹ ਜ਼ਖਮੀ 3 ਜਣੇ ਹੋਏ ਆ ਜੀ, ਡੈਥ 2 ਜਣੇ ਦੀ ਹੋਈ ਆ। ਹਾਂਜੀ, ਵਿਆਹ ਆ ਜੀ ਬੱਚਿਆਂ ਵਾਲੇ। ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ, ਅਤੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਜ਼ਖਮੀ ਉਹਨਾਂ ਦਾ ਨਾਮ ਕੀ ਹੈ? ਇੱਕ ਦਾ ਨਾਮ ਜਗਤਾਰ ਸਿੰਘ ਆ, ਔਰ ਅਤੇ ਇੱਕ ਦਾ ਨਾਮ ਬਲਜੀਤ ਸਿੰਘ ਆ, ਇੱਕ ਦਾ ਨਾਮ ਨਿਰਮਲ ਸਿੰਘ। ਪਰਿਵਾਰ ਚੋਂ ਨੇ ਜਿਹਨੇ? ਇੱਕੇ ਪਰਿਵਾਰ ਚੋਂ ਆ ਜੀ, ਸ਼ਰੀਕਾ ਬਰਾਦਰੀ ਆ ਜੀ ਇਹਨਾਂ ਦੀ। ਤੇ ਇਹ ਆਪਣੇ ਖੇਤਾਂ 'ਚ ਕੰਮ ਕਰਦੇ ਪਏ ਸਨ? ਹਾਂਜੀ, ਇਹ ਆਪਦੇ ਖੇਤਾਂ 'ਚ ਕੰਮ ਕਰਦੇ। ਜਿਹੜਾ ਬਲਵੰਤ ਸਿੰਘ ਡੈਥ ਹੋਈ ਆ, ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਸੀ, ਉਹਦੇ ਵੇਖ ਕੇ ਖਲੋ ਗਿਆ ਜੀ, ਉਹਦੇ ਦਿਲ ਦੇ ਉੱਤੇ ਵੱਜੀ ਹੈ ਗੋਲੀ। ਉਹਦਾ ਕੋਈ ਝਗੜਾ ਹੈਗਾ ਸੀ? ਕੋਈ ਕਿਸੇ ਦਾ ਕੋਈ ਝਗੜਾ ਨਹੀਂ, ਉਹਨਾਂ ਦਾ ਵੀ ਨਹੀਂ ਕੋਈ ਝਗੜਾ। ਅੱਛਾ, ਹਾਂਜੀ, ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਇਹ ਵੀ ਜੀ, ਉਹਨਾਂ ਦੇ ਜੋ ਵੀ ਹੈਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ ਕੁਝ? ਨਹੀਂ ਜੀ, ਵੀਡੀਓ ਕੋਈ ਪਤਾ ਨਹੀਂ ਲੱਗਾ ਜੀ, ਅਸੀਂ ਤਾਂ ਆਪ, ਅਸੀਂ ਆਪ ਉੱਥੇ ਖੁਦ ਮੌਜੂਦ ਹਾਂ, ਅਸੀਂ ਤਾਂ ਆਪ ਲੁਕੇ ਹਾਂ ਜੀ। ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਨਹੀਂ ਜੀ, ਉਹ ਸ਼ਹਿਰ ਦੇ ਆ। ਉਹ ਸ਼ਹਿਰ ਦੇ? ਮਜ਼ਬੀ ਸਿੱਖ ਹੈ। ਤੁਹਾਡਾ ਕਿਹੜਾ ਪਿੰਡ ਹੈ? ਸਾਡਾ ਪਿੰਡ ਕਾਕੜੀ ਹੈ। ਲੁੱਪ ਕੇ? ਹਾਂਜੀ, ਲੁੱਪ ਕੇ। ਠੀਕ ਜੀ। ਜ਼ਖਮੀ ਅੰਦਰ ਹੈਗੇ 3-4 ਅੰਦਰ ਜ਼ਖਮੀ ਨੇ। ਨਹੀਂ, ਐਤਵਾਰ ਆਈ ਚੌਂਕੀ ਇਲਾਕੇ ਚੋਂ ਆਏ ਨਾ, ਇੱਥੇ ਦੀ ਪ੍ਰੋਟੈਕਸ਼ਨ ਵਾਸਤੇ। ਓਕੇ, ਥਾਣਾ ਕੰਟੋਨਮੈਂਟ ਮਾਈ ਮੋਲ ਬਿਲਕੁਲ ਸ਼ਾਂਤ। ਜਿੰਨਾਂ ਦੀ ਡੈਥ ਹੋਈ, ਨਾਮ ਕੀ ਹੈ? ਹਾਂਜੀ, ਨਾਮ ਕੀ? ਜਿੰਨਾਂ ਦੀ ਡੈਥ ਹੋਈ ਨਾ, ਗੁਰਪ੍ਰੀਤ ਸਿੰਘ ਹੈ। ਮਤਲਬ ਦੇ
ਗੁਰਪ੍ਰੀਤ ਸਿੰਘ ਸਾਨੋਪ, ਗੁਰਭਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ। ਦੂਜੇ ਨਾਮ ਬੇਅੰਤ ਸਿੰਘ, ਸਾਨੋਪ ਕਰਨੈਲ ਸਿੰਘ। ਇਹ ਚਾਚੇ ਤਾਇਆਂ ਦੇ ਹੈਗੇ ਜੀ ਅਤੇ ਜ਼ਖਮੀ ਹੈਗੇ। ਹੁਣ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਤਫਤੀਸ਼ 'ਤੇ ਪਤਾ ਲੱਗੇਗਾ। ਅਗਲੀ ਜਾਣਕਾਰੀ ਨੇ ਅਤੇ ਮੌਤ ਕਿੰਨੇ ਜਣੇ ਦੀ ਹੋ ਗਈ? ਚਾਰ ਜਣੇ ਜ਼ਖਮੀ ਅਤੇ ਦੋ ਜਣੇ ਦੀ ਡੈਥ ਹੋ ਗਈ। ਕੀ ਗੋਲੀਆਂ ਕਿੰਨੀਆਂ ਚੱਲੀਆਂ ਸੀ ਕਿਹਾ ਜਾ ਰਿਹਾ? ਇੱਕ ਤਰ੍ਹਾਂ ਜ਼ਿਆਦਾ ਨਹੀਂ, ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ। ਲੋਕਲ ਪੁਲਿਸ ਅੱਜ ਪ੍ਰੋਟੈਕਸ਼ਨ ਵਾਸਤੇ ਆਏ ਥਾਣਾ ਕੰਟੋਨਮੈਂਟ ਤੋਂ। ਆਪਾਂ ਆਪਣੇ ਇਲਾਕੇ ਦੀ ਕੋਈ ਸ਼ਾਂਤੀ ਭਾਰ ਰਹੇ, ਕੋਈ ਹੋਰ ਗੱਲਬਾਤ ਨਾ ਹੋਵੇ, ਪ੍ਰੋਟੈਕਸ਼ਨ ਵਾਸਤੇ ਆਏ ਹਾਂ। ਇੱਥੇ ਦੋ ਜਣੇ ਦੀ ਮੌਤ ਕਲੀਅਰ ਹੋ ਗਈ ਹੈ? ਹਾਂਜੀ, ਦੋ ਜਣੇ ਕਲੀਅਰ ਹੋ ਗਏ। ਇਹਦੇ ਬਾਰੇ ਸਾਨੂੰ ਇਹ ਤਾਂ ਥਾਣੇ ਸੰਬੰਧਿਤ ਥਾਣਾ ਉਹ ਦੱਸੋ। ਬਿਲਕੁਲ 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 ਜਿਹੜੇ